ਸਤਿ ਸ਼੍ਰੀ ਅਕਾਲ ਦੋਸਤੋ ਮੈਂ ਅੰਦਰਜੀ ਸੇਇੰਗ ਟੂਰਿਸਟ ਇੰਡੀਆ ਤੋਂ ਅੱਜ ਗੱਲ ਕਰਾਂਗੇ ਆਸਟ੍ਰੇਲੀਆ ਦੇ ਟੂਰਿਸਟ ਵੀਜ਼ਾ ਬਾਰੇ ਆਸਟ੍ਰੇਲੀਆ ਦੇ ਰਿਜ਼ਲਟ ਬਾਰੇ ਸਕਸੈਸ ਰੇਟ ਬਾਰੇ ਆਸਟ੍ਰੇਲੀਆ ਦੇ ਪ੍ਰੋਸੈਸਿੰਗ ਟਾਈਮ ਬਾਰੇ ਕੀ ਵੀ ਦਾ ਸਟੈਰੀ ਚੱਲ ਰਿਹਾ ਅੱਜ ਖੁੱਲਕੇ ਆਪਾਂ ਗੱਲ ਆਸਟ੍ਰੇਲੀਆ ਦੇ ਟੂਰਿਸਟ ਵੀਜ਼ੇ ਬਾਰੇ ਗੱਲ ਕਰਾਂਗੇ ਦੋਸਤੋ ਆਸਟ੍ਰੇਲੀਆ ਦੁਨੀਆ ਦਾ ਬਿਹਤਰੀਨ ਮੁਲਕ ਹੈਗਾ ਆਸਟ੍ਰੇਲੀਆ ਜਾ ਕੇ ਤੁਸੀਂ ਸੈਟਲ ਵੀ ਹੋ ਸਕਦੇ ਹੈਗੇ ਹੋ ਸੋ ਆਸਟ੍ਰੇਲੀਆ ਦਾ ਵੀਜ਼ਾ ਲੈਣ ਲਈ ਤੁਹਾਡੇ ਜਿਹੜੇ ਪੇਪਰ ਨੇ ਉਹ ਦਰੁਸਤ ਹੋਣੇ ਚਾਹੀਦੇ ਨੇ ਤਾਂ ਮੈਂ ਇਸ ਟਾਈਮ ਜਿਹੜਾ ਆਸਟ੍ਰੇਲੀਆ ਦਾ ਸਕਸੈਸ ਰੇਟ ਹੈ ਉਹ ਬਹੁਤਾ ਚੰਗਾ ਨਹੀਂ ਹੈਗਾ ਨਿਊਜ਼ੀਲੈਂਡ ਦਾ ਸਕਸੈਸ ਰੇਟ ਜ਼ਿਆਦਾ ਅੱਛਾ ਹੈ ਇਸ ਟਾਈਮ ਆਸਟ੍ਰੇਲੀਆ ਨਾਲ ਬਟ ਇਹਦਾ ਮਤਲਬ ਨਹੀਂ ਹੈ ਕਿ ਬਿਲਕੁਲ ਰਿਨਾਇ ਹੋ ਰਿਹਾ ਵੀਜ਼ਾ ਆ ਵੀ ਰਹੇ ਨੇ ਖਾਸ ਕਰਕੇ ਜਿਨ੍ਹਾਂ ਕੋ ਸਪੌਂਸਰ ਹੈ ਜਾਂ ਜਿਨ੍ਹਾਂ ਦੇ ਬੱਚੇ ਉੱਥੇ ਨੇ ਪੇਰੈਂਟਸ ਨੇ ਉਹ ਬੰਦੇ ਅਪਲਾਈ ਇਸ ਟਾਈਮ ਵੀਰਾ ਹੈਗਾ ਉਹ ਕਰ ਸਕਦੇ ਹੋ ਪੇਪਰ ਕਿਹੜੇ-ਕਿਹੜੇ ਚਾਹੀਦੇ ਹੁੰਦੇ ਨੇ ਜਿਹੜੇ ਹੋਰ ਕੰਟਰੀਆਂ ਲਈ ਚਾਹੀਦੇ ਨੇ ਜੇ ਤੁਸੀਂ ਜੋਬ ਕਰਦੇ ਹੋ ਤੁਹਾਡਾ ਜੋਬ ਲੈਟਰ ਤੁਹਾਡੀ ਬੈਂਕ ਦੀ ਸਟੇਟਮੈਂਟ ਸੈਲਰੀ ਅਕਾਊਂਟ ਚਾਹੀਦੀ ਹੋਵੇ ਲੀਵ ਲੈਟਰ ਤੁਹਾਡੀ ਆਈਟੀਆਰ ਪ੍ਰਾਪਰਟੀ ਦੀ ਵੈਲਿਊਏਸ਼ਨ ਜੇ ਤੁਸੀਂ ਬਿਜ਼ਨਸ ਕਰਦੇ ਹੋ ਤੁਹਾਡੇ ਬਿਜ਼ਨਸ ਦਾ ਪ੍ਰੂਫ ਕਰੰਟ ਅਕਾਊਂਟ ਦੀ ਸਟੇਟਮੈਂਟ ਸੇਵਿੰਗ ਅਕਾਊਂਟ ਦੀ ਸਟੇਟਮੈਂਟ ਤੁਹਾਡੀ ਆਈਟੀਆਰ ਤੁਹਾਡਾ ਬੈਲੈਂਸ ਜੇ ਖੇਤੀਬਾੜੀ ਕਰਦੇ ਹੋ ਜੇ ਫਾਰਮ ਤੁਹਾਡੀ ਜ਼ਮੀਨ ਦੀ ਫਰਦ ਵੈਲਿਊਏਸ਼ਨ ਤੁਹਾਡੇ ਫੰਡ ਜੇ ਤੁਸੀਂ ਮੈਰਿਡ ਹੋ ਕਿਸੇ ਪ੍ਰੋਫਾਈਲ 'ਚ ਤਾਂ ਬੱਚਿਆਂ ਦੇ ਬੋਨੋਫਾਈਟ ਸਰਟੀਫਿਕੇਟ ਇਹਨਾਂ ਪੇਪਰਾਂ ਦੇ ਤਹਿਤ ਤੁਸੀਂ ਆਪਦਾ ਵੀਜ਼ਾ ਜਿਹੜਾ ਹੈਗਾ ਅਪਲਾਈ ਕਰ ਸਕਦੇ ਹੋ ਪ੍ਰੋਸੈਸਿੰਗ ਟਾਈਮ ਕਿੰਨਾ ਹੈ 40 ਦਿਨਾਂ ਦਾ ਟਾਈਮ ਇਸ ਟਾਈਮ ਲੱਗ ਰਿਹਾ ਹੈ 40 ਦਿਨਾਂ 'ਚ ਜਿਹੜੀ ਐਪਲੀਕੇਸ਼ਨ ਹੈ ਪ੍ਰੋਸੈਸ ਹੋ ਕੇ ਆ ਰਹੀ ਹੈ ਰਿਜ਼ਲਟ ਆ ਰਹੇ ਨੇ ਭਾਵੇਂ 네ਗੇਟਿਵ ਹੋਵੇ ਭਾਵੇਂ ਪੋਜ਼ਿਟਿਵ ਹੋਵੇ ਇਸ ਟਾਈਮ ਜੇ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਵਧੀਆ ਤਰੀਕੇ ਨਾਲ ਵਧੀਆ ਪੇਪਰਾਂ ਦੇ ਨਾਲ ਆਪਦਾ ਜਿਹੜਾ ਵੀਜ਼ਾ ਹੈਗਾ ਉਹ ਅਪਲਾਈ ਕਰਨਾ ਚਾਹੀਦਾ ਔਰ ਇਹਦਾ ਬੈਨੀਫਿਟ ਕੀ ਹੈਗਾ ਜੇ ਤੁਸੀਂ ਘੁੰਮਣਾ ਚਾਹੁੰਦੇ ਹੋ ਦੁਨੀਆ ਦਾ ਬਿਹਤਰੀਨ ਮੁਲਕੇ ਘੁੰਮ ਕੇ ਆ ਸਕਦੇ ਹੋ ਔਰ ਜੇ ਤੁਸੀਂ ਸੈਟਲ ਵੀ ਹੋਣਾ ਚਾਹੁੰਦੇ ਹੋ ਤਾਂ ਤੁਸੀਂ ਆਸਟ੍ਰੇਲੀਆ ਦੇ ਟੂਰਿਸਟ ਵੀਜ਼ਾ ਨੂੰ ਸਟੱਡੀ ਚ ਕਨਵਰਟ ਕਰ ਸਕਦੇ ਹੋ ਜਦੋਂ ਸਟੱਡੀ ਵੀਜ਼ਾ ਕਨਵਰਟ ਹੋ ਜਾਂਦਾ ਹੈ ਫਿਰ ਤੁਹਾਡਾ ਇੱਕ ਸਟੂਡੈਂਟ ਦਾ ਪ੍ਰੋਸੈਸ ਚੱਲ ਜਾਂਦਾ ਹੈ ਪਹਿਲਾ ਸਟੱਡੀ ਕੰਪਲੀਟ ਹੁੰਦੀ ਹੈ ਫਿਰ ਵਰਕ ਪਰਮਿਟ ਫਿਰ ਪੀਆਰ ਦੇ ਪਾਸੇ ਆਪਾਂ ਜਿਹੜੀ ਆਫ ਦੀ ਫਾਈਲ ਮੂਵ ਕਰ ਸਕਦੇ ਹੈਗੇ ਆ ਸੋ ਆਸਟ੍ਰੇਲੀਆ ਜਿਹੜਾ ਹੈਗਾ ਖੋਰ ਕੰਟਰੀ ਨਾਲੋਂ ਵਧੀਆ ਜੇ ਆਪਾਂ ਕੈਨੇਡਾ ਦੀ ਆਸਟ੍ਰੇਲੀਆ ਨਾਲ ਕੰਪੈਰੀਜ਼ਨ ਕਰੀਏ ਸੋ ਆਸਟ੍ਰੇਲੀਆ ਜਿਹੜੇ ਪੇ ਰੂਲਸ ਨੇ ਉਹ ਜ਼ਿਆਦਾ ਨੇ ਪੇ ਰੇਟ ਜ਼ਿਆਦਾ ਨੇ ਪੈਸਾ ਜ਼ਿਆਦਾ ਬੰਦ ਹੈ ਜੇ ਵੈਦਰਵਾਇਜ਼ ਗੱਲ ਕਰੀਏ ਜਿਵੇਂ ਕੈਨੇਡਾ ਜਿਹੜਾ ਵੈਦਰ ਹੈ ਉਹ ਜ਼ਿਆਦਾ ਠੰਡਾ ਹੈ ਬਰਫ਼ ਪੈਂਦੀ ਹੈ ਔਰ ਆਸਟ੍ਰੇਲੀਆ ਇੰਡੀਆ ਵਰਗਾ ਵੈਦਰ ਹੈ ਉੱਥੇ 6 ਮਹੀਨੇ ਗਰਮੀ 6 ਮਹੀਨੇ ਠੰਡ ਬਰਫ਼ ਆਸਟ੍ਰੇਲੀਆ 'ਚ ਨਹੀਂ ਪੈਂਦੀ ਜਿਵੇਂ ਦਾ ਇੰਡੀਆ ਦਾ ਵੈਦਰ ਹੈ ਸੇਮ ਵੈਦਰ ਆਸਟ੍ਰੇਲੀਆ ਹੈਗਾ ਸੋ ਇਸ ਕਰਕੇ ਜਿਹੜੇ ਬੰਦੇ ਆਸਟ੍ਰੇਲੀਆ ਜਾਣਾ ਚਾਹਣੇ ਆਸਟ੍ਰੇਲੀਆ ਅਪਲਾਈ ਕਰਨਾ ਚਾਹਣੇ ਪੱਕੀ ਪੈਰੀ ਆਪਦਾ ਵੀਜ਼ਾ ਅਪਲਾਈ ਕਰੋ ਮਤਲਬ ਵਧੀਆ ਪੇਪਰਾਂ ਦੇ ਨਾਲ ਤੁਹਾਡੀ ਵਧੀਆ ਆਈਟੀਆਰ ਹੋਵੇ ਪ੍ਰੋਪਰ ਤੁਹਾਡੇ ਫੰਡ ਮੇਨਟੇਨ ਕੀਤੇ ਹੋਏ ਹੋਣ ਜੇ ਤੁਹਾਡੀ ਟਰੈਵਲ ਹਿਸਟਰੀ ਹੈਗੀ ਤਾਂ ਬਹੁਤ ਵਧੀਆ ਗੱਲ ਹੈ ਸੋ ਟਰੈਵਲ ਹਿਸਟਰੀ ਦੇ ਨਾਲ ਤੁਸੀਂ ਜਿਹੜਾ ਹੈਗਾ ਜੀ ਆਪਦਾ ਵੀਜ਼ਾ ਅਪਲਾਈ ਕਰ ਸਕਦੇ ਹੈਗੇ ਹੋ ਔਰ ਇਹਦੇ ਵਿੱਚ ਏਜ ਮੈਟਰ ਨਹੀਂ ਕਰਦੀ ਆਸਟ੍ਰੇਲੀਆ ਜੇ ਤੁਹਾਡੀ ਪ੍ਰੋਫਾਈਲ ਅੱਛੀ ਹੈ ਕਿਸੇ ਵੀ ਏਜ ਦਾ ਬੰਦਾ ਚਿਰਾਏਗਾ ਵੀਜ਼ਾ ਅਪਲਾਈ ਕਰ ਸਕਦਾ ਹੈ ਸੋ ਉਮੀਦ ਕਰਦਾ ਮੇਰੇ ਦੁਆਰਾ ਦਿੱਤੀ ਹੋਈ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋਵੇਗੀ ਜੇਕਰ ਵੀਡੀਓ ਵਧੀਆ ਲੱਗਦੀ ਵੱਤੋ ਵੱਤ ਸ਼ੇਅਰ ਤੇ ਲਾਈਕ ਕਰੋ ਤਾਂ ਕਿ ਵੱਤੋ ਵੱਤ ਲੋਕਾਂ ਤੱਕ ਇਹ ਵੀਡੀਓ ਪਹੁੰਚ ਸਕੇ ਜੇ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਸਬਸਕ੍ਰਾਈਬ ਜ਼ਰੂਰ ਕਰੋ ਬੈਲ ਦਾ ਬਟਨ ਦਬਾਓ ਇੰਸਟਾ ਦੇ ਫਾਲੋ ਕਰੋ ਫੇਸਬੁੱਕ ਤੇ ਲਾਈਕ ਕਰੋ ਲਿੰਕਡਿਨ ਤੇ ਟਵਿੱਟਰ ਤੇ ਵੀ ਫਾਲੋ ਕਰ ਸਕਦੇ ਆ ਤਾਂ ਕਿ ਇਸ ਤਰ੍ਹਾਂ ਦੀ ਹਰ ਇੱਕ ਇਨਫੋਰਮੇਟਿਵ ਵੀਡੀਓ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਵਧੇਰੇ ਜਾਣਕਾਰੀ ਲਈ ਤੁਸੀਂ ਕਿਸੇ ਵੀ ਕੰਟਰੀ ਦਾ ਆਪਦਾ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਸਕਰੀਨ ਤੇ ਦਿੱਤੇ ਨੰਬਰਾਂ ਤੇ ਕਾਲ ਕਰ ਸਕਦੇ ਹੋ ਬਹੁਤ ਧੰਨਵਾਦ ਸਸਿਕਾ